ਤੁਸੀਂ ਜਿਨ੍ਹਾਂ ਨੂੰ ਗੱਡੀ ਰੋਕ ਕੇ ਪੈਸੇ ਦਿੰਦੇ ਹੋ ਕੀ ਉਹ ਲੱਖਾਪਤੀ ਨੇ ਭਿਖਾਰੀ ਇੱਕ ਮਹੀਨੇ ਦੇ ਕਿੰਨੇ ਪੈਸੇ ਕਮਾਉਂਦਾ ਆਖਰਕਾਰ ਕਿਉਂ ਮੰਗਦੇ ਨੇ ਭਿਖਾਰੀ ਲੋਕਾਂ ਕੋਲੋਂ ਪੈਸੇ ਭੀਖ ਮੰਗਣ ਵਾਲੇ ਵੀ ਲੱਖਾਪਤੀ ਨੇ ਇਹਨਾਂ ਕੋਲ ਮੋਬਾਈਲ ਗੱਡੀਆਂ ਪੈਸਾ ਸਭ ਕੁਝ ਹੈ ਤੇ ਅਸੀਂ ਫਿਰ ਵੀ ਇਹਨਾਂ ਨੂੰ ਭੀਖ ਦਿੰਦੇ ਹਾਂ ਆਓ ਤੁਹਾਨੂੰ ਇਸ ਬਾਰੇ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਦੱਸਦੇ ਹਾਂ ਪਿਛਲੇ ਦਿਨੀ ਇੱਕ ਰੇਡੀਓ ਜੋਕੀ ਨੇ ਇੱਕ ਵੱਖਰਾ ਜਿਹਾ ਅਨੁਭਵ ਕੀਤਾ ਉਹ ਭਿਖਾਰੀਆਂ ਵਾਲੇ ਕੱਪੜੇ ਪਾ ਕੇ ਭਿਖਾਰੀਆਂ ਚ ਚਲੀ ਗਈ ਉਹ ਦੱਸਦੀ ਹੈ ਕਿ ਭਿਖਾਰੀਆਂ ਦੇ ਕੋਲ ਮੋਬਾਈਲ ਕਾਰਾਂ ਤੇ ਹਰ ਉਹ 6 ਆ ਜਿਹੜੀ ਭੀਖ ਦੇਣ ਵਾਲੇ ਕੋਲ ਆ ਪਰ ਸਾਡੇ ਕੋਲ ਉਹ ਫਿਰ ਵੀ ਭੀਖ ਮੰਗਦੇ ਨੇ ਜੇਕਰ ਗੱਲ ਲੱਖਾਂਪਤੀ ਭਿਖਾਰੀਆਂ ਦੀ ਕਰੀਏ ਤਾਂ ਅੱਜ ਦਾ ਦੌਰ ਡਿਜੀਟਲ ਮਾਧਿਅਮ ਦੀਆਂ ਉਂਗਲਾਂ ਦੇ ਉੱਤੇ ਨੱਚਦਾ ਹੁਣ ਭੀਖ ਮੰਗਣ ਵਾਲਿਆਂ ਨੇ ਵੀ ਡਿਜੀਟਲ ਤਰੀਕੇ ਦੇ ਨਾਲ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਭੀਖ ਮੰਗਣ ਵਾਲਿਆਂ ਦੀ ਕਮਾਈ ਲੱਖਾਂ ਦੇ ਵਿੱਚ ਮਧ ਪ੍ਰਦੇਸ਼ ਦੇ ਸ਼ਿੰਦਵਾੜਾ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਡਿਜੀਟਲ ਤਰੀਕੇ ਦੇ ਨਾਲ ਭੀਖ ਮੰਗ ਕੇ ਗੁਜ਼ਾਰਾ ਚਲਾ ਰਿਹਾ ਹੈ ਸ਼ਿੰਦਵਾੜਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਹੇਮੰਤ ਸੂਰਯਵੰਸ਼ੀ ਨਾਂ ਦਾ ਇਹ ਵਿਅਕਤੀ ਹੱਥ ਦੇ ਵਿੱਚ ਡਿਜੀਟਲ ਲੈਣ ਦੇਣ ਦਾ ਬਾਰਕੋਡ ਲੈ ਕੇ ਘੁੰਮਦਾ ਹੈ ਜੇਕਰ ਕੋਈ ਵਿਅਕਤੀ ਨਕਦ ਪੈਸੇ ਨਾ ਹੋਣ ਦਾ ਬਹਾਨਾ ਲਾਉਂਦਾ ਹੈ ਤਾਂ ਉਹ ਲੋਕਾਂ ਦੇ ਅੱਗੇ ਬਾਰਕੋਡ ਕਰ ਦਿੰਦਾ ਤੇ ਡਿਜੀਟਲ ਭੁਗਤਾਨ ਦੀ ਬੇਨਤੀ ਕਰਦਾ ਹੈ ਦਰਅਸਲ ਹੇਮੰਤ ਸੂਰਯਵੰਸ਼ੀ ਪਹਿਲਾਂ ਨਗਰ ਕੌਂਸਲ ਦੇ ਵਿੱਚ ਕੰਮ ਕਰਦਾ ਸੀ ਪਰ ਕਿਸੇ ਕਾਰਨ ਕਰਕੇ ਉਸ ਦੀ ਨੌਕਰੀ ਚਲੀ ਗਈ ਨੌਕਰੀ ਖੋਸਣ ਕਰਕੇ ਉਹ ਲਾਚਾਰ ਹੋਇਆ ਇੱਧਰ ਉੱਧਰ ਪਟਕਦਾ ਰਿਹਾ ਤੇ ਬਾਅਦ ਵਿੱਚ ਉਸਨੇ ਭੀਖ ਮੰਗ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦਾ ਫੈਸਲਾ ਕਰ ਲਿਆ ਹੱਥ ਵਿੱਚ ਮੋਬਾਈਲ ਫੋਨ ਤੇ 바ਰ ਕੋਡ ਲੈ ਕੇ ਇੱਧਰ ਉੱਧਰ ਪਟਕ ਰਿਹਾ ਹੀਮੰਤ ਭਾਵੇਂ ਭੀਖ ਮੰਗ ਕੇ ਗੁਜ਼ਾਰਾ ਕਰ ਰਿਹਾ ਹੋਵੇ ਪਰ ਉਹ ਡਿਜੀਟਲ ਤਕਨੀਕ ਨੂੰ ਵੀ ਬਹੁਤ ਉਤਸ਼ਾਹਿਤ ਕਰ ਰਿਹਾ ਹੈ ਭਾਰਤ ਉਹ ਮੁਲਕ ਹੈ ਜਿੱਥੇ ਅੰਨਦਾਤਾ ਮਿਹਨਤਕਸ਼ ਕਿਸਾਨ ਅੱਜ ਭੁੱਖਾ ਮਰ ਰਿਹਾ ਪਰ ਭਿਖਾਰੀ ਕਰੋੜਪਤੀ ਨੇ ਯਕੀਨ ਨਹੀਂ ਆ ਰਿਹਾ ਨਾ ਇੱਕ ਖਬਰ ਦੇ ਮੁਤਾਬਕ ਮੁੰਬਈ ਦਾ ਰਹਿਣ ਵਾਲਾ ਭਰਤ ਜੈਨ ਇੱਕ ਲੱਖਪਤੀ ਭਿਖਾਰੀ ਹੈ। ਉਹ ਮੁੰਬਈ ਦੇ ਪੌਰਸ਼ ਇਲਾਕਿਆਂ ਦੇ ਵਿੱਚ ਭੀਖ ਮੰਗਦਾ ਹੈ। ਉਸ ਕੋਲ ਦੋ ਫਲੈਟ ਵੀ ਨੇ ਜਿਨ੍ਹਾਂ ਦੀ ਕੀਮਤ 70 ਲੱਖ ਰੁਪਏ ਹੈ। ਉਹ ਹਰ ਮਹੀਨੇ 70,000 ਰੁਪਏ ਭੀਖ ਮੰਗ ਕੇ ਕਮਾਉਂਦਾ ਹੈ। ਭਾਰਤ ਦੇ ਸਭ ਤੋਂ ਅਮੀਰ ਭਿਖਾਰੀਆਂ ਦੀ ਸੂਚੀ ਵਿੱਚ ਦੂਜੇ ਨੰਬਰ ਤੇ ਕੋਲਕਾਤਾ ਦੀ ਰਹਿਣ ਵਾਲੀ ਲక్ష్ਮੀ ਦਾ ਨਾਮ ਆਉਂਦਾ ਹੈ। ਲక్ష్ਮੀ ਨੇ 16 ਸਾਲ ਦੀ ਉਮਰ ਦੇ ਵਿੱਚ 1964 ਤੋਂ ਕੋਲਕਾਤਾ ਦੇ ਵਿੱਚ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਸੀ 50 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਉਸ ਨੇ ਭੀਖ ਮੰਗ ਕੇ ਲੱਖਾਂ ਰੁਪਏ ਇਕੱਠੇ ਕਰ ਲਏ ਉਹ ਵੀ ਹਰ ਮਹੀਨੇ ਲੱਖਾਂ ਕਮਾਉਂਦੀ ਹੈ ਇਸ ਤਰ੍ਹਾਂ ਹੀ ਮੁੰਬਈ ਦੀ ਰਹਿਣ ਵਾਲੀ ਗੀਤਾ ਆਪਣੇ ਭਰਾ ਦੇ ਨਾਲ ਭੀਖ ਮੰਗਦੀ ਹੈ ਉਸ ਕੋਲ ਵੀ ਇੱਕ ਫਲੈਟ ਹੈ ਉਹ ਇੱਕ ਦਿਨ ਦੇ ਵਿੱਚ 1500 ਤੋਂ ਲੈ ਕੇ 2000 ਰੁਪਏ ਤੱਕ ਦੀ ਭੀਖ ਮੰਗ ਲੈਂਦੀ ਹੈ ਅਸੀਂ ਇਹਨਾਂ ਨੂੰ ਗਰੀਬੜੇ ਸਮਝ ਕੇ ਪੈਸੇ ਦੇ ਕੇ ਸਮਝਦੇ ਹਾਂ ਕਿ ਅਸੀਂ ਕੋਈ ਪੁੰਨ ਖਾਟ ਲਏ ਪਰ ਇਹਨਾਂ ਦੀ ਕਮਾਈ ਸਾਡੇ ਚੋਂ ਕਈਆਂ ਨਾਲੋਂ ਜ਼ਿਆਦਾ ਹੈ ਤੇ ਵੱਡੀ ਗੱਲ ਅਸੀਂ দান ਕਰਕੇ ਪੁੰਨ ਨਹੀਂ ਖੱਟ ਰਹੇ ਸਗੋਂ ਵੇਲੜ ਪੁਣੇ ਨੂੰ ਉਤਸ਼ਾਹਿਤ ਕਰ ਰਹੇ ਹਾਂ ਗੱਲ ਭਾਵੇਂ ਛੋਟੀ ਹੈ ਪਰ ਨਤੀਜੇ ਵਜੋਂ ਦੇਖੀਏ ਤਾਂ ਬਹੁਤ ਵੱਡੀ ਹੋ ਜਾਂਦੀ ਹੈ ਇਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਤੇ ਤੁਰੰਤ ਇਹਨਾਂ ਭਿਖਾਰੀਆਂ ਨੂੰ ਭੀਖ ਦੇਣੀ ਬੰਦ ਕਰਕੇ ਇੱਕ ਚੰਗਾ ਸਮਾਜ ਸਿਰਜਣ ਵੱਲ ਕਦਮ ਪੁੱਟਣ ਦੀ ਲੋੜ ਹੈ